पंजाबनी जनरल देख रहा है समूह दर्शकों का स्वागत है। किसान मोर्चे की जित तो बाद अज किसान वालों फाजिलका शहर के वक् वक् बाजारों से जेतू रैली कढ़ी गई, जिस हज़ारों की गिनती च किसान ने हिस्सा लिया। इस जेतू रैली और जेतू मार्च दौरान वक् वक् वहीकलों से सवार किसान जथेबंदियों के आगुआ का शहर के वक् वक् चौंकों वक् वक् थावां ते इलाका वासियों वालों फुलां की वर्खा करके स्वागत किया गया। इस दौरान जित की खुशी च नौजवानों वालों भंगड़े पाए गए और एक दूजे नूं फुलां दे हार पा के ते फुलां दी वर्खा की गई। इस मौके किसानों वालों मठियाईयां भी वंडियां गई। सो आओ वेखदे हां किसान मोर्चे की जित तो बाद कढ़ी गई जेतू रैली दीआं तस्वीरां, जिस तो बाद आगू जानकारी देणगे। बने रहो इस वीडियो के आखिर तक पंजाब बाणी दे नाल। फाजिलका तो दविंदर सिंह की रिपोर्ट। जेकर तुसी हुण तक पंजाब बाणी चैनल नूं सबसक्राइब नहीं कीता तां हुणे कर लवो, तां जो रोजाना की हर अपडेट सब तो पहलां तुहाडे तक पहुँच सके। देखो अज एक इतिहासक जित हुई है, मैं कहांगा इस सदी की सब तो वड्डी जित, क्योंकि इदों पहला एक पगड़ी समाल जट्टा लहर का अंदोलन चलिया सी, जिहड़ा 9 महीने चलिया सी। इस अंदोलन एक साल तो वध दा समा हो गया। जिहड़ा मोदी कहिंदा सी मैं जो गल कह देना उहदे तो पिछे नहीं मुड़दा, पर किसानां दे रोह ने उस मोदी नूं जिहड़ा थुक के चट्टण लई मजबूर कर दिता। अज जिहड़ा बच्चा बच्चा जिहड़ा जागरूक हो चुका है, समय दीआं सरकारां नूं आउण वाले समय 'च साडे लोक जिहड़े जवाब देणगे। देखो मुश्किलों का नाम लईए तो एक साल तो जिहड़ा वाधा समा सी वह अत की सर्दी अत की गर्मी, मच्छर दिल्ली का मच्छर बहुत मशहूर है, वह जिथे कटदा उत्थे बहुत व्डे व्डे तरप्पड़ बन जाते हैं।
ਸੋ ਉਸ ਮੱਛਰ ਦੇ ਵਿੱਚ ਸਾਡੇ ਬਜ਼ੁਰਗਾਂ ਨੇ ਸਾਡੀਆਂ ਮਾਤਾਵਾਂ ਭੈਣਾਂ ਨੌਜਵਾਨ ਬੱਚਿਆਂ ਨੇ ਜੋ ਉੱਥੇ ਬਹਿ ਕੇ ਉਹ ਤਪੱਸਿਆ ਕੀਤੀ ਹੈ ਉਹ ਗੁਰੂ ਨਾਨਕ ਪਾਤਸ਼ਾਹ ਨੇ ਉਸ ਤਪੱਸਿਆ ਦਾ ਜਿਹੜਾ ਮੁੱਲ ਦਿੱਤਾ ਅੱਜ ਕਿਸਾਨਾਂ ਦੀ ਜਿੱਤ ਹੋਈ ਹੈ ਇਹ ਜਿੱਤ ਦਾ ਜਿਹੜਾ ਜਸ਼ਨ ਹੈ ਪੰਜਾਬ ਹਰਿਆਣਾ ਜਾਂ ਦੇਸ਼ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਇਸ ਜਿੱਤ ਦਾ ਜਿਹੜਾ ਉਹ ਜਸ਼ਨ ਮਨਾਇਆ ਜਾ ਰਿਹਾ ਜਿੱਤ ਅੱਜ ਗੱਲ ਕਰੀਏ ਅਮਰੀਕਾ ਦੀ ਕੈਨੇਡਾ ਦੀ ਉਹ ਸਾਡੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸੂਰਮਿਆਂ ਨੂੰ ਉਹ ਆਪਣੇ ਲੋਕਾਂ ਨੂੰ ਕਹਿੰਦਾ ਉਹਨਾਂ ਤੋਂ ਸਿੱਖੋ ਕੁਛ ਵੀ ਅੰਦੋਲਨ ਕਿਵੇਂ ਲੜੇ ਜਾਂਦੇ ਆ ਇੱਕ ਸਾਲ ਦਾ ਤੋਂ ਵੱਧ ਦਾ ਸਮਾਂ ਜਿਹੜਾ ਅਸੀਂ ਅੰਦੋਲਨ ਕੀਤਾ ਬੜਾ ਸ਼ਾਂਤਮਈ ਤਰੀਕੇ ਨਾਲ ਦੇਖੋ ਕਿਸੇ ਨੇ ਵੀ ਕਿਸੇ ਰੇਹੜੀ ਤੋਂ ਕੋਈ ਚੀਜ਼ ਚੱਕ ਕੇ ਨਹੀਂ ਖਾਧੀ ਕਿਸੇ ਨੇ ਵੀ ਕੋਈ ਰੋੜਾ ਤੱਕ ਨਹੀਂ ਮਾਰਿਆ ਸੋ ਜਦੋਂ ਅਸੀਂ ਵਾਪਸ ਦਿੱਲੀ ਤੋਂ ਆਏ ਸੀ ਬਹਾਦਰਗੜ੍ਹ ਤੋਂ ਆਏ ਸੀ ਲੋਕਾਂ ਦੀ ਅੱਖਾਂ ਦੇ ਵਿੱਚ ਜਿਹੜੇ ਹੰਝੂ ਸੀ ਇੰਨਾ ਕੁ ਲੋਕਾਂ ਦੇ ਨਾਲ ਸਾਡਾ ਜਿਹੜਾ ਮੋਹ ਪਿਆਰ ਪੈ ਗਿਆ ਇੱਥੇ ਕਈ ਲੋਕ ਜਿਹੜੇ ਦਿੱਲੀ ਦੇ ਉਹ ਸਾਡੇ ਨਾਲ ਵੀ ਇੱਥੇ ਆਏ ਉਹ ਕਹਿੰਦੇ ਅਸੀਂ ਜਾ ਕੇ ਜਿਹੜਾ ਪੰਜਾਬ ਵੇਖਣਾ ਪੰਜਾਬ ਦੇ ਜਿਹੜੇ ਬਹਾਦਰ ਉਹ ਲੋਕ ਦੇਖਣੇ ਆ ਦੇਖੋ ਸਾਨੂੰ ਤਾਂ ਬਹੁਤ ਕੁਛ ਕਹਿ ਗਿਆ ਨਕਸਲੀ ਕਹਿ ਗਿਆ ਅੱਤਵਾਦੀ ਕਹਿ ਗਿਆ ਟੁਕੜੇ ਟੁਕੜੇ ਗੈਂਗ ਕਹਿ ਗਿਆ ਪਰ ਦੇਖੋ ਪੂਰਾ ਸੰਸਾਰ ਜਿਹੜਾ ਸਾਡੇ ਵੱਲੇ ਦੇਖ ਰਿਹਾ ਸੀ ਸਾਡੇ ਵੱਲੇ ਟਿਕ ਟਿਕ ਲਗਾ ਕੇ ਦੇਖ ਰਿਹਾ ਸੀ ਇਹ ਉਹ ਕੌਮ ਨੇ ਇਹ ਗੁਰੂ ਗੋਬਿੰਦ ਸਿੰਘ ਦੇ ਵਾਰਸ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਸਰਬੰਸ ਤੋਂ ਪਰਿਵਾਰ ਵਾਰਤਾ ਕੌਮ ਤੋਂ ਪਰਿਵਾਰ ਵਾਰਤਾ ਔਰ ਸਾਨੂੰ ਇੱਕ ਨਸੀਹਤ ਦੇ ਕੇ ਗਿਆ ਸੂਰਾ ਸੋ ਪਹਿਚਾਣੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੂ ਕਬੂ ਨਾ ਛਾਡੇ ਖੇਤ ਬੀਜੇਪੀ ਲੱਗਦਾ ਸਾਡਾ ਪੁਰਾਣਾ ਜਿਹੜਾ ਇਤਿਹਾਸ ਹੈ ਭੁੱਲ ਚੁੱਕੀ ਸੀ ਬਿਲਕੁਲ ਸੰਪੂਰਨ ਹੋ ਚੁੱਕਿਆ 15 ਤਰੀਕ ਨੂੰ ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਕਾਲ ਆਈ ਹੈ ਵੀ ਅਲੱਗ ਅਲੱਗ ਟੂਲ ਟੈਕਸ ਸ਼ੋਪਿੰਗ ਮਾਲ ਜਿਹੜੇ ਪੰਪ ਹੈ ਉਹ ਕਿਸਾਨਾਂ ਨੇ ਘੇਰ ਕੇ ਰੱਖੇ ਸੀ 15 ਤਰੀਕ ਨੂੰ ਅਸੀਂ ਜਿਹੜੇ ਉਹ ਖੋਲ੍ਹ ਦਿੱਤੇ ਜਾਣਗੇ ਦੇਖੋ ਇਹ ਜੇਤੂ ਰੈਲੀ ਹੈ ਅਸੀਂ ਇੱਕ ਛੋਟਾ ਜਿਹਾ ਪ੍ਰੋਗਰਾਮ ਮਲੋਟ ਰੋਡ 'ਤੇ ਰੱਖਿਆ ਸੀ ਪਰ ਲੋਕਾਂ ਦਾ ਇੰਨਾ ਪਿਆਰ ਦੇਖ ਕੇ ਸਾਡੇ ਕੋਲ ਮਤਲਬ ਰਿਹਾ ਨਹੀਂ ਗਿਆ ਅੱਜ ਜਿਹੜਾ ਪੂਰੇ ਫਾਜ਼ਿਲਕਾ ਦੇ ਬਾਜ਼ਾਰ ਅਸੀਂ ਅੱਜ ਜੇਤੂ ਮਾਰਚ ਜਿਹੜਾ ਉਹ ਕੱਢ ਰਹੇ ਹਾਂ ਇੱਥੇ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨਾਂ ਦਾ ਏਕਤਾ ਜ਼ਿੰਦਾਬਾਦ 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 ਕਿਸਾਨਾਂ ਦਾ ਏਕਤਾ ਜ਼ਿੰਦਾਬਾਦ ਭਾਈ ਪ੍ਰਧਾਨ ਜੋਗਿੰਦਰਪਾਲ ਜੀ ਪਿੰਡ ਬਹਿਕਸਤਾ ਤਾੜ ਤੋਂ ਅਸੀਂ ਲੰਬੇ ਸਮੇਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਸੀ ਡਟੇ ਹੋਏ ਸੀ ਅੱਜ ਅਸੀਂ ਕੱਲ੍ਹ ਦੇ ਉੱਥੋਂ ਧਰਨਾ ਪੋਸਟਪੋਨ ਕਰਕੇ ਇੱਥੇ ਪਹੁੰਚੇ ਹਾਂ ਅੱਜ ਅਸੀਂ ਫਾਜ਼ਿਲਕਾ ਤੱਕ ਪਹੁੰਚ ਕੀਤੀ ਹੈ ਇਸ ਤੋਂ ਬਾਅਦ ਅਸੀਂ ਟੂਲ ਟੈਕਸ 'ਤੇ ਜਾ ਕੇ ਸਮਾਪਤੀ ਕਰਨੀ ਹੈ ਸਾਡੇ ਪ੍ਰਧਾਨ ਹਰੀਸ਼ ਨੱਡਾ ਜੀ ਪਿੱਛੇ ਆ ਰਹੇ ਹਨ ਕਾਫੀ ਲੰਮਾ ਕਾਫਲਾ ਅਤੇ ਅਸੀਂ ਜੋ ਸੰਘਰਸ਼ ਮੋਦੀ ਦੇ ਖਿਲਾਫ਼ ਵਿੱਢਿਆ ਸੀ ਉਹ ਅਸੀਂ 3 ਕਾਲੇ ਕਾਨੂੰਨ ਰੱਦ ਕਰਵਾ ਚੁੱਕੇ ਹਾਂ ਹੁਣ MSP 'ਤੇ ਗਰੰਟੀ ਜੋ ਕਮੇਟੀ ਬਣੀ ਹੈ ਉਸ 'ਤੇ 15 ਤਰੀਕ ਤੱਕ ਅਸੀਂ ਪੂਰੀ ਮੰਗ ਕੀਤੀ ਹੈ ਵੀ ਸਾਡੀ ਕਮੇਟੀ ਅਤੇ ਸਾਡੀ MSP ਦੀ ਗਰੰਟੀ ਕੀਤੀ ਜਾਵੇ ਨਹੀਂ ਤਾਂ ਧਰਨਾ ਅਸੀਂ ਦੁਬਾਰਾ ਵੀ ਸ਼ੁਰੂ ਕਰਾਂਗੇ